ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਮੈਂ ਹਾਂ ਸੁਰਿੰਦਰ ਡੱਲਾ, ਮੇਰੇ ਨਾਲ ਮੌਜੂਦ ਨੇ ਜਸਮੀਤ ਭਾਟੀਆ ਜੀ, ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ। ਕੈਨੇਡਾ ਨੂੰ ਲੈ ਕੇ ਪਿਛਲੇ 7-8 ਮਹੀਨੇ ਖੂਬ ਰੌਲੇ ਪਏ, ਦੋਵਾਂ ਸਰਕਾਰਾਂ ਦੇ ਵਿੱਚ ਵੀ ਕਈ ਅਜਿਹੇ ਮੁੱਦੇ ਉੱਭਰੇ ਜਿਹਦੇ ਨਾਲ ਇਹ ਮਾਹੌਲ ਲੱਗਣ ਲੱਗ ਗਿਆ ਕਿ ਸ਼ਾਇਦ ਭਾਰਤ ਅਤੇ ਕੈਨੇਡਾ ਦੇ ਵਿੱਚ ਹੁਣ ਵਿਦਿਆਰਥੀ ਇੱਕ ਦੂਜੇ ਮੁਲਕ 'ਚ ਨਹੀਂ ਜਾਣਗੇ। ਪਰ ਇਹ ਜਿਹੜੇ ਤਣਾਅ ਨੇ, ਜਿਹੜੇ ਪੋਲੀਟੀਕਲ ਤਣਾਅ, ਇਹ ਥੋੜ੍ਹੀ ਸਮੇਂ ਦੀ ਜਿਹੜੀ ਹੈ ਖੇਡ ਹੁੰਦੇ ਨੇ। ਪਰ ਇੱਕ ਵਾਰ ਫਿਰ 10+2 ਦਾ ਰਿਜ਼ਲਟ ਆਉਂਦੇ ਹੀ ਪੰਜਾਬ, ਹਰਿਆਣਾ, ਹਿਮਾਚਲ, CBSE, ਇੱਕ ਵਾਰ ਫਿਰ ਵਿਦਿਆਰਥੀਆਂ ਦਾ ਰੁਝਾਨ ਕੈਨੇਡਾ ਵੱਲ ਨੂੰ ਮੁੜ ਪਿਆ ਹੈ। ਔਰ ਕੈਨੇਡਾ 'ਚ ਫਿਰ ਸਾਡੇ ਵਿਦਿਆਰਥੀ ਜਾਣ ਲੱਗੇ ਨੇ ਕਿ ਜਿਹੜਾ ਕੈਨੇਡਾ ਨੂੰ ਲੈ ਕੇ ਵਹਿਮ ਭਰਮ ਭੁਲੇਖੇ ਸੀ ਵੀ ਕੰਮ ਘੱਟ ਹੈ, ਹੁਣ ਕੈਨੇਡਾ ਕਿਸੇ ਨੇ ਨਹੀਂ ਜਾਣਾ, ਕੀ ਉਹ ਜਿਹੜੀ ਡੈਡਲੌਕ ਸੀ ਖਤਮ ਹੋ ਗਈ, ਉਹ ਭੁਲੇਖੇ ਨਿਕਲ ਗਏ, ਜਿਹੜੇ ਦੁਬਾਰਾ ਵਿਦਿਆਰਥੀ ਜਾ ਰਹੇ ਨੇ। ਜਸਮੀਤ ਭਾਟੀਆ ਜੀ ਨੂੰ ਇਹਦਾ ਬੇਸਿਕ ਕਾਰਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਭਾਟੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਹੈਲੋ ਐਵਰੀਵਨ। ਭਾਟੀਆ ਸਾਹਿਬ, ਤੁਸੀਂ, ਅਸੀਂ ਵੀ ਇਹ ਮੰਨਦੇ ਸੀ ਵੀ ਹੁਣ ਕੈਨੇਡਾ ਛੇਤੀ ਛੇਤੀ ਵਿਦਿਆਰਥੀ ਸਾਡੇ ਜਾਂਦੇ ਨਹੀਂ, ਪਰ ਵਿਦਿਆਰਥੀ ਤਾਂ ਫਿਰ ਕੈਨੇਡਾ ਵਾਲੇ ਪਾਸੇ ਨੂੰ ਰੁੱਖ ਕਰ ਗਏ, ਇਹ ਕਾਰਨ ਕੀ ਹੈ? ਮੋਹ ਭੰਗ ਨਾ ਹੋਣਾ ਕੈਨੇਡਾ ਦਾ, ਇਹਦੇ ਪਿੱਛੇ ਕਾਰਨ ਕੀ ਤੁਹਾਡੀ ਨਜ਼ਰ 'ਚ ਨੇ? ਕਿਉਂ ਇੰਨੇ ਵਿਦਿਆਰਥੀ ਕੈਨੇਡਾ ਫਿਰ ਜਾ ਰਹੇ ਨੇ? ਸੋ ਸੁਰਿੰਦਰ ਜੀ, ਇੱਕ ਚੀਜ਼ ਤਾਂ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਜੋ ਕੈਨੇਡਾ ਔਫਰ ਕਰ ਰਿਹਾ ਉਹ ਹੋਰ ਕੋਈ ਦੇਸ਼ ਔਫਰ ਨਹੀਂ ਕਰ ਰਿਹਾ। ਸੋ ਪਹਿਲੀ ਗੱਲ ਤਾਂ ਜਦੋਂ ਅਸੀਂ PR ਦੀ ਗੱਲ ਕਰਦੇ ਹਾਂ ਨਾ, ਤਾਂ ਕੈਨੇਡਾ ਦਾ ਇੱਕ ਸਟ੍ਰੇਟ ਕਲੀਅਰ ਕੱਟ ਪਲਾਨ ਹੈ PR ਦਾ ਕਿ ਆਹ ਕਰੋ, PR ਲੈ ਲਓ। ਹੁਣ ਸਟੂਡੈਂਟ ਮੈਨੂੰ ਕਹਿਣਗੇ ਕਿ ਸਰ ਓਨਟਾਰੀਓ ਵਾਲੇ ਬੱਚਿਆਂ 'ਤੇ PR ਨਹੀਂ ਹੋ ਰਹੀ। ਸੋ ਓਨਟਾਰੀਓ ਨਾ ਜਾਓ, ਸਸਕੈਚਵਨ ਜਾਓ, ਅਟਲਾਂਟਿਕ ਪ੍ਰੋਵਿੰਸਿਸ 'ਚ ਨੋਵਾ ਸਕੋਸ਼ੀਆ ਜਾਓ, ਨਿਊ ਬ੍ਰੁਨਸਵਿਕ ਜਾਓ। ਸੋ ਬਹੁਤ ਸਾਰੀਆਂ ਆਪਸ਼ਨਸ ਇੱਦਾਂ ਦੀਆਂ ਹੈਗੀਆਂ ਜਿੱਥੇ ਤੁਸੀਂ ਜਾ ਕੇ ਇੱਕ ਕਲੀਅਰ ਕੱਟ PR ਔਰ ਸੌਖੇ ਤਰੀਕੇ PR ਲੈ ਸਕਦੇ ਹੋ। ਸੋ ਪਹਿਲਾ ਸਵਾਲ ਹਲੇ ਵੀ ਬੱਚੇ ਪੁੱਛਦਾ, ਹੁਣ ਸਟੂਡੈਂਟ ਮੇਰੇ ਕੋਲ ਆਉਂਦਾ 90% 7 ਬੈਂਡ ਵਾਲਾ, ਉਹ ਮੈਨੂੰ ਕਹਿੰਦਾ ਸਰ ਕੀ ਕਹਿੰਦੇ ਮੈਂ ਕੈਨੇਡਾ ਨਹੀਂ ਜਾਣਾ, ਮੈਂ ਜਰਮਨੀ ਜਾਣਾ। ਸੋ ਠੀਕ ਹੈ, ਮੈਂ ਪੇਰੈਂਟਸ ਦੇ ਨਾਲ ਆਇਆ। ਸੋ ਵਧੀਆ ਗੱਲ ਇਹ ਹੋ ਜਾਂਦੀ ਕਿ ਜਦੋਂ ਸਟੂਡੈਂਟ ਪੇਰੈਂਟਸ ਦੇ ਨਾਲ ਆਉਂਦਾ ਨਾ, ਤਾਂ ਕੁਝ ਨਾ ਕੋਈ ਡਿਸੀਜਨ 'ਤੇ ਨਿਕਲਿਆ ਜਾ ਸਕਦਾ। ਸੋ ਪਹਿਲੀ ਚੀਜ਼ ਮੈਂ ਉਹਨਾਂ ਨੂੰ ਪੁੱਛੀ ਕਿ ਤੁਸੀਂ ਪਰਪਜ਼ ਕੀ ਹੈ ਤੁਹਾਡੀ ਪੜ੍ਹਾਈ ਦਾ। ਸੋ ਪਰਪਜ਼ ਪੜ੍ਹਾਈ ਦਾ ਕੀ ਹੈ? ਉਹਦੇ ਪੇਰੈਂਟਸ, ਉਹਦੇ ਫਾਦਰ ਦਾ ਪਹਿਲਾ ਜਵਾਬ ਸੀ ਕਿ ਸਾਡਾ ਪਰਪਜ਼ ਹੈਗਾ PR ਲੈਣਾ। ਸੋ ਪਹਿਲਾ ਪਰਪਜ਼ ਹੈਗਾ PR ਲੈਣਾ। ਸੋ ਗੱਲ ਹੀ ਖਤਮ ਹੋ ਗਈ। ਮੈਂ ਤੁਹਾਨੂੰ ਗੱਲ ਦੱਸਾਂ, ਜਦੋਂ ਆਪਣਾ ਪਰਪਜ਼ PR ਲੈਣਾ ਨਾ, ਕੋਈ ਹੋਰ ਕੰਟਰੀ ਜਿੰਨੀ ਜਲਦੀ ਕੈਨੇਡਾ PR ਦੇ ਸਕਦਾ, ਜਿੰਨੀ ਜਲਦੀ ਕੈਨੇਡਾ ਪਾਸਪੋਰਟ ਦੇ ਸਕਦਾ, ਕੋਈ ਹੋਰ ਕੰਟਰੀ ਕੈਨੇਡਾ ਦੇ ਨਾਲ ਕੰਪੇਅਰ ਹੀ ਨਹੀਂ ਕਰ ਸਕਦੇ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡਾ ਪਰਪਜ਼ ਜਿਹੜਾ ਹੈਗਾ ਉਹ PR ਲੈਣਾ, ਤਾਂ ਫਿਰ ਅਸੀਂ ਉੱਦਾਂ ਦੀ ਆਪਸ਼ਨ ਦੇਖੀਏ ਜਿੱਥੇ ਤੁਹਾਨੂੰ PR ਮਿਲ ਸਕਦੀ ਹੈ ਸੌਖੇ ਤਰੀਕੇ। ਸਸਕੈਚਵਨ, ਅਟਲਾਂਟਿਕ 'ਚ ਨਿਊ ਬ੍ਰੁਨਸਵਿਕ, ਨੋਵਾ ਸਕੋਸ਼ੀਆ। ਸੋ ਸਟੂਡੈਂਟਸ, ਦੇਰ ਆਰ ਲੋਟ ਆਫ ਬੈਚਲਰ ਡਿਗਰੀਜ਼ ਇਨ ਦੀਸ ਪ੍ਰੋਵਿੰਸਿਸ, ਦੇ ਆਰ ਲੋਟ ਆਫ ਡਿਪਲੋਮਾਜ਼ ਇਨ ਦੀਸ ਪ੍ਰੋਵਿੰਸਿਸ, ਯੂ ਕੈਨ ਡੂ ਐਂਡ ਗੈਟ PR ਈਜ਼ੀਲੀ। ਬਟ ਆਪਾਂ ਫਿਰ ਆਪਾਂ ਕੀ ਕਰਦੇ ਹਾਂ, ਹੁਣ ਅਸੀਂ ਗੱਲ ਕਰਦੇ ਹਾਂ ਕਿ ਫਿਰ ਸਟੂਡੈਂਟਸ ਦਾ ਆਉਂਦਾ ਕਿ ਸਰ, ਉਹਨਾਂ ਦਾ ਦੂਜਾ ਸਵਾਲ ਸੀ ਕੈਨੇਡਾ 'ਚ ਤਾਂ ਯਾਰ ਪੰਜਾਬੀ ਬਹੁਤ ਜ਼ਿਆਦਾ। ਸੋ ਪੰਜਾਬੀ ਹੈਗੇ ਹੈ, ਡੋਮੀਨੈਂਸ ਹੈਗੀ ਹੈ, ਬਟ 2-3 ਸ਼ਹਿਰਾਂ 'ਚ, ਸਰੀ, ਬਰੈਂਪਟਨ, ਥੋੜ੍ਹਾ ਬਹੁਤਾ ਟੋਰੋਂਟੋ, ਟੋਰੋਂਟੋ 'ਚ ਵੀ ਪੰਜਾਬੀ ਇੰਨੇ ਨਹੀਂ ਦਿਸਦੇ ਜਿੰਨੇ ਸਰੀ ਔਰ ਕੀ ਕਹਿੰਦੇ ਹੈ ਬਰੈਂਪਟਨ 'ਚ ਦੇਖਦੇ ਹਾਂ। ਉਹ ਜਿਹੜੇ ਈਟਨ ਸੈਂਟਰ ਦੇ ਬਾਹਰ ਆਪਾਂ ਨੂੰ ਦਿਸਦੇ ਹਾਂ, ਉਹ ਬਰੈਂਪਟਨ ਤੋਂ ਸੰਡੇ ਘੁੰਮਣ ਫਿਰਨ ਆ ਜਾਂਦੇ ਹੈ, ਬਟ ਦੇ ਆਰ ਨੋਟ ਬੇਸਡ ਇਨ ਟੋਰੋਂਟੋ। ਸੋ ਉਹ ਸਟੂਡੈਂਟ ਕਹਿੰਦੇ ਕਿ ਹੁਣ 8,000 ਸ਼ਹਿਰ ਹੈ ਕੈਨੇਡਾ 'ਚ। ਅੱਛਾ, 8,000 ਸ਼ਹਿਰ। ਤਾਂ ਆਪਾਂ ਕਹਿੰਦੇ ਹਾਂ 2 ਸ਼ਹਿਰਾਂ 'ਚ ਜੇ ਪੰਜਾਬੀ ਹੈਗੇ ਹੈ, ਤਾਂ ਬਾਕੀ ਜਿਹੜੇ 8,000 ਸ਼ਹਿਰ ਹੈ, 8,016 ਸ਼ਹਿਰ ਹੈ ਕੈਨੇਡਾ 'ਚ, 8,016 ਸ਼ਹਿਰ। ਅਸੀਂ 2 ਸ਼ਹਿਰਾਂ 'ਚ ਲਿਖਤਾ ਕਿ ਕੈਨੇਡਾ 'ਚ ਪੰਜਾਬੀ ਹੈ। ਸੋ ਸਾਰਿਆਂ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਕੈਨੇਡਾ ਇੱਕ ਬਹੁਤ ਹੀ ਵੱਡਾ ਮੁਲਕ ਹੈ, ਇੰਡੀਆ ਤੋਂ 3.5 ਗੁਣਾ ਜ਼ਿਆਦਾ ਏਰੀਆ,
ਪਾਪੂਲੇਸ਼ਨ ਸਿਰਫ 3,70,00,000 ਹੈ, ਉਹਦੇ 'ਚੋਂ 10,00,000 ਇੰਡੀਅਨ ਹੈ, 5,00,000 ਪੰਜਾਬੀ ਹੈ। ਸੋ ਬਹੁਤ ਵੱਡੀ ਕਮਿਊਨਿਟੀ ਨਹੀਂ ਹੈਗੀ ਜਿਹੜੀ ਅਸੀਂ ਕਹੀਏ ਕਿ ਹਾਂ ਸਿਰਫ ਤੁਸੀਂ ਛੱਡ ਦਿਓ ਬਰੈਂਪਟਨ, ਸਰੀ, ਡੋਂਟ ਗੋ ਟੂ ਦੀਸ ਪਲੇਸਿਸ। ਕੰਮ ਇੱਥੇ ਹੀ ਡੋਮੀਨੈਂਸ ਹੈਗੀ ਹੈ ਕਿ ਕੰਮ ਨਹੀਂ ਘੱਟ ਮਿਲ ਰਿਹਾ। ਸੋ ਆਪਾਂ ਕਿਤੇ ਹੋਰ ਜਾਂਦੇ ਹਾਂ, ਆਪਾਂ ਨੂੰ ਕੰਮ ਮਿਲੇਗਾ। ਹੁਣ ਕੀ ਕਹਿੰਦੇ, ਵੈਨਕੂਵਰ ਤੋਂ 2 ਘੰਟੇ ਦੂਰ ਇੱਕ ਸ਼ਹਿਰ ਹੈਗਾ ਹੋਪ ਜੀ, ਮੈਂ ਉੱਥੇ ਗਿਆ ਅਤੇ ਉੱਥੇ ਹਰ ਦੁਕਾਨ ਦੇ ਬਾਹਰ ਲਿਖਿਆ ਕਿ ਸਾਨੂੰ ਬੰਦੇ ਚਾਹੀਦੇ ਆ, ਬਟ ਆਪਣੇ ਬੱਚੇ ਜਾ ਕੇ ਰਾਜ਼ੀ ਨਹੀਂ, ਆਪਣੇ ਬੱਚੇ ਐਕਸਪਲੋਰ ਕਰਕੇ ਰਾਜ਼ੀ ਨਹੀਂ ਹੈਗੇ। ਸੋ ਆਫਟਰ ਯੂ ਕੰਪਲੀਟ ਯੋਰ ਸਟੱਡੀਜ਼, ਤੁਹਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਸੀਂ ਐਸੇ ਸ਼ਹਿਰ ਨਿਕਲ ਜਾਈਏ ਜਿੱਥੇ ਸਾਨੂੰ ਕੰਮ ਮਿਲ ਰਿਹਾ ਜਾਂ ਜਿੱਥੇ ਅਸੀਂ ਸੈਟਲ ਹੋ ਸਕਦੇ। ਐਕਸਪਲੋਰ ਕਰੋ ਸਟੂਡੈਂਟਸ, ਇਟ ਇਜ਼ ਨੋਟ ਜਸਟ ਕਿ ਕੈਨੇਡਾ 'ਚ ਸਿਰਫ 2-3 ਸ਼ਹਿਰ ਹੈਗੇ ਜਿੱਥੇ ਤੁਸੀਂ ਜਾਣਾ ਹੈ, ਤੁਸੀਂ ਹੋਰ ਬੜੇ ਜਗ੍ਹਾ ਜਾ ਸਕਦੇ ਹੋ। ਐਂਡ ਫਿਰ ਤੁਹਾਡੀ ਗੱਲ ਆ ਜਾਂਦੀ ਹੈ ਕਿ ਕੈਨੇਡਾ ਕੰਪੇਅਰ ਕਰਦੇ ਹਾਂ, ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਬੈਚਲਰ ਡਿਗਰੀ, UK ਦੀ ਗੱਲ ਕਰਦੇ ਹਾਂ ਬੈਚਲਰ ਡਿਗਰੀ, ਜਰਮਨੀ ਦੀ ਗੱਲ ਕਰਦੇ ਹਾਂ ਬੈਚਲਰ ਡਿਗਰੀ, USA ਦੀ ਗੱਲ ਕਰਦੇ ਹਾਂ ਬੈਚਲਰ ਡਿਗਰੀ। ਸੋ ਉੱਥੇ ਬੈਚਲਰ ਡਿਗਰੀ ਆਪਾਂ ਕਰਨ ਨੂੰ ਤਿਆਰ ਹਾਂ, ਬਟ ਕੈਨੇਡਾ 'ਚ ਆਪਾਂ ਬੈਚਲਰ ਡਿਗਰੀ ਕਰਨਾ ਨਹੀਂ ਚਾਹੁੰਦੇ, ਅਸੀਂ ਡਿਪਲੋਮੇ 'ਚ ਜਾਣਾ ਚਾਹੁੰਦੇ ਹਾਂ। ਔਰ ਕੈਨੇਡਾ ਵੀ ਇਸ ਟਾਈਮ 'ਤੇ ਇੱਕੋ ਇੱਕ ਕੰਟਰੀ ਹੈ ਜਿਹੜਾ ਡਿਪਲੋਮੇ 'ਤੇ ਸਾਨੂੰ 3 ਸਾਲ ਦਾ ਵਰਕ ਪਰਮਿਟ ਦੇ ਰਿਹਾ, ਕੋਈ ਹੋਰ ਕੰਟਰੀ ਦੇ ਨਹੀਂ ਰਿਹਾ। ਸੋ ਜੇ ਅਸੀਂ ਸਰਕਲ ਕਰੀਏ ਤਾਂ ਹੱਲੇ ਵੀ ਕੈਨੇਡਾ ਟੌਪ ਡੈਸਟੀਨੇਸ਼ਨ ਹੈ ਸਟੂਡੈਂਟਸ ਫੋਰ PR, ਫੋਰ ਸੈਟਲਮੈਂਟ, ਫੋਰ ਅਰਨਿੰਗ ਆਲਸੋ। ਆਈ ਵਿਲ ਡੂ ਨੋਟ ਡਿਨਾਈ ਦਿਸ ਕਿ ਕੈਨੇਡਾ 'ਚ ਅਰਨਿੰਗ ਘੱਟ ਹੈ। ਯੈਸ, ਰਿਸੈਸ਼ਨ ਵਰਲਡ ਓਵਰ ਹੈ, ਅੱਜ ਦੀ ਡੇਟ 'ਚ ਇੰਡੀਆ 'ਚ ਵੀ ਅਸੀਂ ਗੱਲ ਕਰੀਏ ਤਾਂ ਜੋਬਸ ਇੰਨੀਆਂ ਅਵੇਲੇਬਲ ਨਹੀਂ ਹੈਗੀਆਂ, ਇੰਡੀਆ 'ਚ ਵੀ ਰਿਸੈਸ਼ਨ ਚੱਲ ਰਿਹਾ। ਔਰ ਇੰਡੀਆ 'ਚ ਤੁਸੀਂ ਅੱਜ ਮਾਸਟਰਸ ਕਰ ਲਓ, ਨੋਰਮਲ ਮਾਸਟਰਸ ਕਰ ਲਓ ਪ੍ਰਾਈਵੇਟ ਯੂਨੀਵਰਸਿਟੀ ਤੋਂ, ਤਾਂ ਕਿੰਨੇ ਦੀ ਜੋਬ ਮਿਲ ਜਾਏਗੀ ਸਰ, ਕਿੰਨੇ ਦੀ ਜੋਬ ਮਿਲ ਜਾਏਗੀ? ਨਹੀਂ ਨਹੀਂ, ਬਿਲਕੁਲ ਠੀਕ ਹੈ, ਬਹੁਤ ਸਟਰਗਲ ਹੈ ਇਨੀਸ਼ਲੀ ਜਦੋਂ ਸਾਡੇ ਬੱਚੇ ਮਾਸਟਰਸ ਕਰਕੇ, ਬਿਲਕੁਲ 25,000-30,000 ਵੀ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ, ਇਸ ਤੋਂ ਵੀ ਘੱਟ। ਸੋ ਕੈਨੇਡਾ 'ਚ ਬੇਸਿਕ, ਕੈਨੇਡਾ 'ਚ ਤੁਸੀਂ ਮਾਸਟਰ ਛੱਡੋ, 12ਵੀਂ ਪਾਸ ਬੱਚਾ ਵੀ ਬੇਸਿਕ ਮਹੀਨੇ ਦਾ $3,500 ਕਮਾ ਸਕਦਾ ਜੀ। $3,500 ਹੋ ਗਿਆ 2,00,000 ਰੁਪਈਆ ਮਿਨੀਮਮ ਕਹਿ ਰਿਹਾ, ਮਿਨੀਮਮ। ਸੋ 2-5 ਲੱਖ ਰੁਪਏ ਦੀ ਅਰਨਿੰਗ ਹੈ, ਤੁਹਾਡੇ ਟੈਲੈਂਟ 'ਤੇ ਡਿਪੈਂਡ ਕਰਦਾ ਤੁਸੀਂ ਮਿਹਨਤ ਕਿੰਨੀ ਕਰਨਾ ਚਾਹੁੰਦੇ ਹੋ ਜਿਹੜਾ ਤੁਸੀਂ ਕਮਾ ਸਕਦੇ ਹੋ। ਔਰ ਜੇ ਸਪੋਜ਼ ਇੱਕ ਹੋਰ ਐਗਜ਼ਾਮਪਲ ਲੈਂਦੇ, ਤੁਸੀਂ 2 ਸਾਲ ਦਾ ਡਿਪਲੋਮਾ ਕਰਦੇ ਹੋ ਅਤੇ ਮੈਂ ਕਹਿੰਦਾ ਤੁਸੀਂ 40 ਲੱਖ ਰੁਪਈਆ ਖਰਚ ਕਰਤਾ ਡਿਪਲੋਮਾ ਕਰਨ 'ਤੇ, ਔਰ 40 ਲੱਖ ਰੁਪਈਆ ਲਾ ਕੇ ਤੁਹਾਨੂੰ 5 ਲੱਖ ਰੁਪਏ ਮਹੀਨੇ ਦੀ ਜੋਬ ਮਿਲ ਰਹੀ ਹੈ, ਤਾਂ ਮਾੜੀ ਆਪਸ਼ਨ। ਸੋ ਸਟੂਡੈਂਟਸ, ਕਿਤੇ ਨਾ ਕਿਤੇ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਵੋਟ ਇਜ਼ ਦਾ ਪਰਪਜ਼ ਆਫ ਗੋਇੰਗ ਟੂ ਐਨੀ ਕੰਟਰੀ। ਤੁਸੀਂ US ਜਾਣਾ ਚਾਹੁੰਦੇ ਹੋ, ਵੋਟ ਇਜ਼ ਯੋਰ ਪਰਪਜ਼? ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਵੋਟ ਇਜ਼ ਯੋਰ ਪਰਪਜ਼? ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਵੋਟ ਇਜ਼ ਯੋਰ ਪਰਪਜ਼? ਤੁਸੀਂ ਜਰਮਨੀ ਜਾਣਾ ਚਾਹੁੰਦੇ ਹੋ, ਪਰਪਜ਼? ਪਰਪਜ਼ ਡਿਫਾਈਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹੁੰਚਣਾ ਕੁਛ ਨਹੀਂ ਬਣਨਾ, ਤੁਸੀਂ ਕੋਈ ਮੈਨੂੰ ਪਹੁੰਚਾ ਦਿਓ, ਉਹਦੇ ਨਾਲ ਨਹੀਂ ਬਣਨਾ ਕੁਛ। ਗਲਤ ਤਰੀਕੇ ਅਸੀਂ ਇਹਨੂੰ ਐਜੂਕੇਸ਼ਨ ਨੂੰ ਸੈਲ ਕੀਤਾ ਜਾ ਰਿਹਾ ਆਪਣੇ ਪੂਰੇ, ਮੈਂ ਕਹਾਂਗਾ ਪੂਰੇ ਇੰਡੀਆ 'ਚ, ਹੁਣ ਪੰਜਾਬ 'ਚ ਨਹੀਂ, ਗੁਜਰਾਤ ਕੇਰਲਾ 'ਚ ਵੀ ਇਹਨੂੰ ਗਲਤ ਤਰੀਕੇ ਸੈਲ ਕਰਨ ਲੱਗ ਗਿਆ। ਤੁਸੀਂ ਪਹੁੰਚ ਜਾਓ, ਪਹੁੰਚਣਾ ਕੀ ਹੋਏਗਾ? ਤੁਸੀਂ ਇਲੀਗਲ ਹੋਣ ਜਾ ਰਹੇ ਹੋ? ਨਹੀਂ, ਤੁਸੀਂ ਕਰੀਅਰ ਬਣਾਉਣ ਜਾ ਰਹੇ ਹੋ। ਇੱਕ 12ਵੀਂ ਪਾਸ ਬੱਚਾ, ਇੱਕ ਗ੍ਰੈਜੂਏਟ ਬੱਚਾ, ਜਿਹੜਾ ਕਿ 12ਵੀਂ ਪਾਸ ਬੱਚਾ ਤਾਂ 18-19 ਸਾਲ ਦਾ, ਗ੍ਰੈਜੂਏਟ ਬੱਚਾ 21-22 ਸਾਲ ਦਾ, ਉਹਨੂੰ ਅਸੀਂ ਕਹਿ ਦੇਣਗੇ ਪਹੁੰਚ। ਸੋ ਪੇਰੈਂਟਸ ਨੂੰ ਵੀ ਮੇਰੀ ਇਹ ਰਿਕੁਐਸਟ ਹੈ ਕਿ ਇਹ ਇੱਕ ਐਜੂਕੇਸ਼ਨ ਇੰਡਸਟਰੀ ਹੈ, ਔਰ ਐਜੂਕੇਸ਼ਨ ਲਈ ਅਸੀਂ ਬੱਚੇ ਨੂੰ ਬਾਹਰ ਭੇਜ ਰਹੇ ਹਾਂ, ਔਰ ਅਸੀਂ ਜਦੋਂ ਐਜੂਕੇਸ਼ਨ ਲਵਾਂਗੇ ਤਾਂ ਬੈਨੀਫਿਟ ਬਹੁਤ ਜ਼ਿਆਦਾ ਹੋਏਗਾ। ਪੜ੍ਹਾਈ ਕਦੀ ਵੀ ਨੁਕਸਾਨ ਨਹੀਂ ਦਿੰਦੀ, ਬਟ ਅਸੀਂ ਇਹਨੂੰ ਗਲਤ ਤਰੀਕੇ ਯੂਜ਼ ਕਰ ਰਹੇ ਹਾਂ, ਅਸੀਂ ਇਹਨੂੰ ਵਰਕ ਲਈ ਯੂਜ਼ ਕਰ ਰਹੇ ਹਾਂ। ਜਦੋਂ ਵਰਕ ਆਪਾਂ ਪਰਪਸ ਜਦੋਂ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਨੁਕਸਾਨ ਹੀ ਹੋਏਗਾ, ਔਰ ਨੈਗੇਟਿਵ ਫੀਡਬੈਕ ਵੀ ਆਏਗਾ, ਕਿਉਂਕਿ ਅਸੀਂ ਪੜ੍ਹਾਈ ਦਾ ਮੋਟੋ ਤਾਂ ਸੀ ਨਹੀਂ, ਅਸੀਂ ਸਿਰਫ ਉੱਥੇ ਕੰਮ ਕਰਨ ਪਹੁੰਚ ਗਏ। ਪੜ੍ਹਾਈ ਵੀ ਕਰਨੀ ਹੈ, ਕੰਮ ਵੀ ਕਰਨਾ, ਬੈਲੈਂਸ ਮੇਨਟੇਨ ਕਰਕੇ ਰੱਖਣਾ ਚਾਹੀਦਾ ਸਾਨੂੰ ਜਦੋਂ ਵੀ ਅਸੀਂ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹਾਂ। ਇਟ ਇਜ਼ ਨੋਟ ਅਬਾਊਟ ਕੈਨੇਡਾ, ਇਟ ਇਜ਼ ਅਬਾਊਟ ਆਲ ਦ ਕੰਟਰੀ। ਆਸਟ੍ਰੇਲੀਆ ਜਾ ਕੇ ਵੀ ਤੁਸੀਂ ਆਪਣੀ ਬੈਚਲਰ ਡਿਗਰੀ ਛੱਡ ਦਿਓ, ਕੀ ਹੋ ਰਿਹਾ? ਓਕੇ।
ਪੰਜਾਬੀਆਂ ਨੂੰ ਵੀਜ਼ੇ ਨਹੀਂ ਮਿਲ ਰਹੇ ਆਸਟ੍ਰੇਲੀਆ ਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 90% ਬੱਚਾ ਯੂਨੀਵਰਸਿਟੀ 'ਚ ਪਹੁੰਚ ਕੇ ਯੂਨੀਵਰਸਿਟੀ ਛੱਡ ਜਾਂਦਾ, ਅਤੇ ਉਹਨਾਂ ਨੇ ਮੈਨੂੰ ਬਲੈਕਲਿਸਟ ਕਰਕੇ ਰੱਖਤਾ ਕਿ ਇਹਨਾਂ ਨੇ ਪੜ੍ਹਨਾ ਨਹੀਂ ਹੈ, ਉਹਦੇ 'ਚੋਂ ਕਰੀਮ ਕੱਢ ਰਹੇ ਹਾਂ। ਆਸਟ੍ਰੇਲੀਆ ਵਾਲੇ ਚਾਹੁੰਦੇ ਕਿ 90% ਵਾਲੇ ਬੱਚੇ ਨੂੰ ਵੀਜ਼ਾ ਦਾਂਗੇ, ਉਹਨੂੰ ਵੀ ਰਿਫਿਊਜ਼ਲ ਦਿੱਤੀ, ਮੈਂ ਇੱਦਾਂ ਦੇ ਵੀਜ਼ੇ ਵੀ ਦੇਖੇ ਹਾਂ। ਸੋ ਸਟੂਡੈਂਟ, ਤੁਸੀਂ ਕਿਹੜੇ ਕੰਟਰੀ ਜਾਣਾ ਚਾਹੁੰਦੇ, ਕੀ ਪਰਪਜ਼ ਹੈ? ਕੱਲ੍ਹ ਇੱਦਾਂ ਵੀ ਹੋ ਸਕਦਾ ਕੈਨੇਡਾ ਦੇ ਕਾਲਜਿਸ ਵੀ ਬਹੁਤ ਸਟ੍ਰਿਕਟ ਹੋ ਗਏ ਹੈ, ਕਿਉਂਕਿ ਆਪਣੇ ਬੱਚੇ ਧਰਨੇ ਦੇਣ ਲੱਗ ਗਏ, ਹੁਣ ਫੇਲ ਹੋ ਰਹੇ ਤਾਂ ਧਰਨਾ ਦੇ ਰਹੇ ਹੈ, ਮਹਿੰਗਾਈ ਹੋ ਗਈ ਹੈ ਤਾਂ ਧਰਨਾ ਦੇ ਰਹੇ ਹੈ, ਜਦੋਂ ਆਪਾਂ ਮਹਿੰਗਾਈ ਹੋਈ ਤਾਂ ਧਰਨਾ ਦਿੱਤਾ, GIC ਡਬਲ ਹੋ ਗਿਆ, ਹੁਣ ਆਪਾਂ ਫੇਲ ਹੋਈ ਤਾਂ ਧਰਨਾ ਦੇ ਰਹੇ ਹਾਂ, ਤਾਂ ਕੱਲ੍ਹ ਨੂੰ ਕਾਲਜਿਸ ਨੇ ਕਹਿਣਾ ਯਾਰ ਪੰਜਾਬੀ ਬੱਚੇ ਨਾ ਬੁਲਾਓ, ਪੜ੍ਹਦੇ ਨਹੀਂ, ਫੇਲ ਹੋ ਜਾਂਦੇ, ਧਰਨਾ ਦੇਣ ਲੱਗ ਜਾਂਦੇ। ਸੋ ਰੋਂਗ, ਆਪਾਂ ਆਪਣੀ ਜਿਹੜੀ ਅਪਰੋਚ ਆ ਉਹ ਗਲਤ ਹੁੰਦੀ ਜਾ ਰਹੀ ਹੈ। ਸਟੂਡੈਂਟਸ ਹਲੇ ਵੀ ਅਸੀਂ ਸੁਧਰ ਜੀਏ, ਕੈਨੇਡਾ ਆਪਾਂ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹਲੇ ਵੀ, ਔਰ ਅਸੀਂ ਉਸ ਸੱਦੇ ਨੂੰ ਜ਼ਰੂਰ, ਇੱਕ ਸਾਨੂੰ ਇੱਕ ਜ਼ਰੀਆ ਹੈਗਾ ਸੈਟਲ ਹੋਣ ਦਾ, ਇੱਕ ਜ਼ਰੀਆ ਜਿਹੜੇ ਥਾਂ ਤੋਂ ਅਸੀਂ ਨਿਕਲ ਕੇ ਕਿੱਥੇ ਪਹੁੰਚ ਰਹੇ ਹਾਂ, ਜੋ ਚੀਜ਼ਾਂ ਅਸੀਂ ਕਦੀ ਸੋਚੀਆਂ ਵੀ ਨਹੀਂ ਸੀ ਉਹ ਕੈਨੇਡਾ ਜਾ ਕੇ ਅਸੀਂ ਹਾਸਲ ਕਰ ਲੈਂਦੇ ਹਾਂ। ਸੋ ਸਟੂਡੈਂਟਸ, ਇਸ ਚੀਜ਼ ਦੇ ਉੱਤੇ ਜ਼ਰੂਰ ਆਪਾਂ ਧਿਆਨ ਦਈਏ ਔਰ ਇਸ ਚੀਜ਼ ਨੂੰ ਸੀਰੀਅਸਲੀ ਲਈਏ। ਬਿਲਕੁਲ ਜੀ, ਸੋ ਬਹੁਤ ਇੰਪੋਰਟੈਂਟ ਪੁਆਇੰਟਸ ਜਸਮੀਤ ਜੀ ਨੇ ਸਾਡੇ ਨਾਲ ਸ਼ੇਅਰ ਕੀਤੇ ਹੈ। ਸੋ ਸਟੂਡੈਂਟ, ਇਹ ਸਾਰੀਆਂ ਗੱਲਾਂ ਦਾ ਤੁਸੀਂ ਖਿਆਲ ਰੱਖਣਾ। ਪਾਟੀਆ ਜੀ, ਹੁਣ ਜਿਹੜੇ ਨਵੇਂ ਬੱਚੇ ਨੇ ਸਾਡੇ, ਉਹਨਾਂ ਕੋਲ ਹੁਣ ਕਿਹੜੇ ਕਿਹੜੇ ਇਨਟੇਕ ਦੀ ਆਪਸ਼ਨਸ ਹੈ? ਸੋ ਸਪਟੈਂਬਰ ਇਨਟੇਕ ਇਜ਼ ਕੰਪਲੀਟਲੀ ਓਪਨ ਇਨ ਆਲ ਦ ਕੰਟਰੀਜ਼, ਹੋਰ ਸਾਰੇ ਕੰਟਰੀਆਂ 'ਚ ਓਪਨ ਹੈਗਾ। ਤੁਸੀਂ UK ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ, ਜਰਮਨੀ ਜਾਣਾ ਚਾਹੁੰਦੇ ਹੋ, US ਜਾਣਾ ਚਾਹੁੰਦੇ ਹੋ, ਸਪਟੈਂਬਰ ਇਨਟੇਕ ਇਜ਼ ਓਪਨ, ਦੈਨ ਜਨਵਰੀ ਇਨਟੇਕ ਇਜ਼ ਆਲਸੋ ਓਪਨ। ਸੋ ਇਹ ਦੋਨੋਂ ਇਨਟੇਕਸ ਓਪਨ ਹੈਗੇ ਆ, ਤੁਸੀਂ ਇਹਨਾਂ ਦੋਨੋਂ ਇਨਟੇਕਸ 'ਚ ਅਪਲਾਈ ਕਰ ਸਕਦੇ ਹੋ ਜੀ। ਚਲੋ, ਥੈਂਕ ਯੂ ਸੋ ਮੱਚ। 90413 90412 ਔਰ ਸਕਰੀਨ 'ਤੇ ਵਟਸਐਪ ਹੈ, ਤੁਸੀਂ ਆਪਣਾ ਪ੍ਰੋਫਾਈਲ ਭੇਜੋ ਔਰ ਜਸਮੀਤ ਪਾਟੀਆ ਜੀ ਦੀ ਟੀਮ ਤੋਂ ਆਪਣਾ ਪ੍ਰੋਫਾਈਲ ਹੈ ਜਿਹੜਾ, ਉਹਦੇ ਬਾਰੇ ਵੀ ਐਲੀਜੀਬਿਲਿਟੀ ਆਪਣੀ ਚੈੱਕ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ।